ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਅਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਅੱਜ ਇੱਕ ਵਾਰ ਫਿਰ ਤੋਂ ਲੈ ਕੇ ਪਹੁੰਚੇ ਹਾਂ ਜੀ। ਤੁਹਾਨੂੰ ਕੋਈ ਵੀ ਗੱਡੀ ਕੋਈ ਵੀ ਮੋਟਰਸਾਈਕਲ ਚਾਹੀਦਾ ਤੁਹਾਨੂੰ ਮਿਲ ਜੂਗਾ ਆਪਣੀ ਇਸ ਵੀਡੀਓ 'ਚ, ਜਾਂ ਇਸ ਵੀਡੀਓ 'ਚ ਨਾ ਮਿਲੇ ਤਾਂ ਹੋਰ ਵੀਡੀਓ ਚੈੱਕ ਕਰ ਲਓ, ਤੁਹਾਨੂੰ ਮਿਲ ਜ਼ਰੂਰ ਜਾਊਗਾ। ਅਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ, ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰੋ ਜੀ, ਉੱਪਰ ਹਮੇਸ਼ਾ ਚੱਲਦਾ ਰਹਿੰਦਾ 7811-4048-3764। ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ, ਘਰ, ਮਕਾਨ, ਕੋਈ ਗੱਡੀ ਮੋਟਰਸਾਈਕਲ ਦੀ, ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ, 10-12 ਫੋਟੋਆਂ, ਆ ਕੁਛ ਆਪਣੇ ਕੋਲ ਭੇਜ ਕੇ ਫ੍ਰੀ 'ਚ ਐਡ ਲਗਵਾ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਪਹਿਲੀ ਗੱਡੀ ਦੀ ਗੱਲ ਕਰਾਂਗੇ। ਪਹਿਲੀ ਗੱਡੀ ਆਪਣੇ ਕੋਲ ਬ੍ਰੇਜ਼ਾ ਪਹੁੰਚੀ ਹੈ ਜੀ, 2017 ਮਾਡਲ ਗੱਡੀ ਹੈ, 6 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਗੱਡੀ ਪਹੁੰਚੀ ਆਪਣੇ ਕੋਲ ਅੰਮ੍ਰਿਤਸਰ ਏਰੀਏ 'ਚੋਂ, 90-95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ, ਟਾਇਰਾਂ ਦੀ ਹਾਲਤ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ, ਕੋਈ ਸੁੱਕੇ ਟਾਇਰ ਨਹੀਂ ਹੈਗੇ, ਕੋਈ ਘਸੇ ਨਹੀਂ ਹੈਗੇ, ਵਧੀਆ ਟਾਇਰ ਆਪਾਂ ਨੂੰ ਵਧੀਆ ਕੰਪਨੀ ਦੇ ਮਿਲਣਗੇ। ਅਤੇ ਗੱਡੀ ਖੜੀ ਹੈ ਅੰਮ੍ਰਿਤਸਰ, ਜਾ ਕੇ ਕਿਸੇ ਨੇ ਦੇਖਣੀ ਹੈ, ਕਿਸੇ ਮੇਰੇ ਭਰਾ ਨੇ, ਮੇਰੇ ਵੱਡੇ ਬਜ਼ੁਰਗ ਨੇ, ਕੋਈ ਖਰੀਦਣ ਦਾ ਚਾਹਵਾਨ ਹੈਗਾ, ਤਾਂ ਮਾਲਕ ਨੇ 6 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਕਹੀ ਆ। ਬਾਕੀ ਕਹਿੰਦੇ ਆ ਮਾਲਕ ਵੀ ਮੌਕੇ 'ਤੇ ਘਾਟਾ ਵੱਧ ਕਰ ਲਾਂਗੇ। ਰੰਗ ਰੁੰਗ ਗੱਡੀ ਦਾ ਸਾਫ਼ ਹੈ, ਵਧੀਆ ਨਾਲਦ ਹੈ, ਅਤੇ ਇੰਜਣ ਗੇਅਰ ਪੂਰਾ ਵਧੀਆ, ਅੰਦਰੋਂ ਹੀ ਪੂਰੀ ਵਧੀਆ ਪਈ ਆ। ਮਾਲਕ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ, ਕਿਸੇ ਨੇ ਜੇ ਗੱਡੀ ਦੇਖਣੀ ਹੈ, ਖਰੀਦਣਾ ਚਾਹੁੰਦਾ ਕੋਈ, ਜਾ ਕੇ ਦੇਖ ਸਕਦਾ। ਉਹ ਮਾਲਕ ਨਾਲ ਕੋਈ ਗੱਲ ਕਰਨੀ ਹੈ ਪਹਿਲਾਂ ਤਾਂ ਨੰਬਰ ਕਰੋ ਨੋਟ, 7079-93-070। ਅਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ, ਐਟੀਓਸ ਲੈ ਕੇ ਪਹੁੰਚੇ ਹਾਂ, 2014 ਮਾਡਲ ਗੱਡੀ ਹੈ, ਤੁਹਾਨੂੰ ਮੈਂ ਦੱਸ ਦਿੰਦਾ 14 ਮਾਡਲ ਹੈ, ਕੰਡੀਸ਼ਨ ਗੱਡੀ ਦੀ ਆਲ ਓਕੇ ਹੈ, ਕੋਈ ਗੱਡੀ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ, ਵਧੀਆ ਗੱਡੀ ਹੈ, ਮਾਲਕ ਨੇ ਵਧੀਆ ਰੱਖੀ ਹੋਈ ਹੈ। ਬਾਕੀ ਮਾੜੇ ਮੋਟੇ ਸਕਰੈਚ ਚਲੋ ਤਾਂ ਵੱਖਰੀ ਗੱਲ ਹੈ ਜੀ। 14 ਮਾਡਲ ਹੈ, ਫਾਸਟ ਓਨਰ ਹੈ, 460 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਬਾਕੀ ਮਾਲਕ ਜਿਹੜੇ ਹੈਗੇ ਆ ਗੱਡੀ ਦੇ, ਉਹਨਾਂ ਨੇ ਆਖਿਆ ਵੀ ਘਾਟਾ ਵਾਧਾ ਹੋ ਜੂਗਾ, ਇੱਕ ਵਾਰੀ ਸਿਰਫ ਡਿਮਾਂਡ ਹੈ। ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 80-85 ਪੈਸੇ ਆਪਾਂ ਨੂੰ ਟਾਇਰ ਗੱਡੀ ਦੇ ਮਿਲ ਜਾਣਗੇ, ਅਤੇ 460 ਡਿਮਾਂਡ ਹੈ। ਬਾਕੀ ਕੋਈ ਗੱਲ ਕਰਨੀ ਹੈ, ਕੁਛ ਵੀ ਪੁੱਛਣਾ, ਮਾਲਕ ਨਾਲ ਗੱਲ ਕਰ ਲਿਓ, 99-143-7720 ਮਾਲਕ ਦਾ ਆਹ ਨੰਬਰ ਹੈਗਾ। ਤੀਸਰੇ ਨੰਬਰ 'ਤੇ ਆਪਣੇ ਕੋਲ ਅਲਟੋ ਕੇਟਨ LXI ਗੱਡੀ ਪਹੁੰਚੀ ਹੈ ਜੀ, 2013 ਮਾਡਲ ਹੈ, ਸੈਕਿੰਡ ਓਨਰ ਹੈ, 1,93,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ। ਗੱਡੀ ਕੁੱਲ 80,000 ਚੱਲੀ ਹੋਈ ਹੈ, ਗੱਡੀ ਵਧੀਆ, ਰੰਗ ਵਧੀਆ, ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ, ਲੁਧਿਆਣੇ ਗੱਡੀ ਖੜ੍ਹੀ ਹੈ। ਜਾ ਕੇ ਕਿਸੇ ਨੇ ਦੇਖਣੀ ਹੈ, ਕੋਈ ਚਲਾਉਣਾ ਚਾਹੁੰਦਾ, ਕੋਈ ਜਾ ਕੇ ਟਰਾਈ ਲੈਣਾ ਚਾਹੁੰਦਾ, ਤਾਂ ਤੁਸੀਂ ਜਾ ਕੇ ਦੇਖੋ ਲੁਧਿਆਣੇ। ਮਾਲਕ ਕਹਿੰਦੇ ਆ ਕਿਸੇ ਮਰਜ਼ੀ ਟਾਈਮ ਆ ਜਾਊ, ਅਤੇ ਆਉਣ ਤੋਂ ਪਹਿਲਾਂ ਮਾਲਕ ਕਹਿੰਦੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ। ਬਾਕੀ ਸਾਰਾ ਕੁਛ ਇਹਨਾਂ ਨੇ ਦੱਸਿਆ ਵੀ ਸੀਟ ਸੂਟ ਵਧੀਆ ਪਏ ਨੇ, ਅਤੇ ਅੰਦਰੋਂ ਮੈਟਿੰਗ ਮੂਟਿੰਗ ਵਧੀਆ ਪਈ ਹੈ, ਅਤੇ ਮਿਊਜ਼ਿਕ ਸਿਸਟਮ ਵਧੀਆ ਹੈਗਾ, ਬਾਕੀ ਚੱਲੇ ਵੀ ਠੀਕ ਹੋਈ ਹੈ। ਰੇਟ ਮੌਕੇ 'ਤੇ ਘਾਟਾ ਵੱਧ ਹੋ ਜੂਗਾ, ਨੰਬਰ ਆਪਾਂ ਸਕਰੀਨ 'ਤੇ ਮਾਲਕ ਦਾ ਦੇ ਰੱਖਿਆ, ਤੁਸੀਂ ਨੋਟ ਕਰ ਸਕਦੇ ਹੋ, ਨੰਬਰ ਤੁਹਾਨੂੰ ਮਿਲ ਗਿਆ ਹੋਊਗਾ। ਨੰਬਰ 4 'ਤੇ ਆਪਣੇ ਕੋਲ ਫੋਰਚੂਨਰ ਗੱਡੀ ਪਹੁੰਚੀ ਹੈ ਜੀ, ਫੋਰਚੂਨਰ ਗੱਡੀ ਆ, 2019 ਮਾਡਲ ਹੈ ਜੀ, ਅਤੇ 32.5 ਲੱਖ ਰੁਪਇਆ ਰੇਟ ਮੰਗਿਆ ਮਾਲਕ ਨੇ, ਅਤੇ ਗੱਡੀ ਦਾ ਲੁਧਿਆਣੇ ਦਾ ਨੰਬਰ ਲੱਗਿਆ ਹੋਇਆ ਨਵੇਂ ਟਾਇਰਾਂ 'ਚ। ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਬਿਲਕੁਲ ਫਰੈਸ਼ ਨਵੇਂ ਮਿਲ ਜਾਣਗੇ, ਅਤੇ ਲੁਧਿਆਣੇ ਜਾ ਕੇ ਦੇਖ ਵੀ ਸਕਦੇ ਹੋ। ਜੇ ਕਿਸੇ ਨੇ ਗੱਡੀ ਦੇਖਣੀ ਹੈ, ਚਲਾ ਕੇ ਕਿਸੇ ਨੇ ਦੇਖਣੀ ਹੈ, ਕੋਈ ਚੈੱਕ ਕਰਨਾ ਚਾਹੁੰਦਾ, ਇੰਜਣ ਗੇਅਰ ਦੇਖਣਾ ਚਾਹੁੰਦਾ, ਜਾ ਕੇ ਕਿਸੇ ਨੇ ਦੇਖਣੀ ਹੈ, ਟਰਾਈ ਲੈਣੀ ਹੈ, ਕਾਗਜ਼ ਪੱਤਰ ਚੈੱਕ ਕਰਨੇ ਹੋਣ, ਤਾਂ ਮਾਲਕ ਕਹਿੰਦੇ ਆ ਵੀ ਘਰ ਗੱਡੀ ਖੜ੍ਹੀ ਹੈ, ਆ ਜਾਓ, ਅਤੇ ਗੱਲਬਾਤ ਰੇਟ ਦੀ ਵੇਖ ਕੇ ਕਰ ਲਾਂਗੇ, ਜਦੋਂ ਤੁਹਾਨੂੰ ਪਸੰਦ ਆਊਗੀ ਪਹਿਲਾਂ ਇੱਕ ਵਾਰੀ ਗੱਡੀ ਨੂੰ ਚੈੱਕ ਕਰੋ। ਸੀ ਮਾਲਕ ਕਹਿੰਦੇ ਬਿਲਕੁਲ ਫਰੈਸ਼ ਹੈ, ਜਿਵੇਂ ਕਿ ਆਪਾਂ ਸ਼ੋਰੂਮ 'ਚੋਂ ਕਢਾਉਂਦੇ ਹਾਂ ਗੱਡੀ, ਉਹੋ ਜਿਹੀ ਕੰਡੀਸ਼ਨ 'ਚ ਪਈ ਆ। ਰੇਟ 32,50,000 ਮੌਕੇ 'ਤੇ ਪੂਰਾ ਮਾਨਤਾਨ ਹੋਊਗਾ,
ਅਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਵੀ ਰੱਖਿਆ ਜੀ 8427-0280। ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਵੇ। ਅਤੇ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ, ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਮਿਲਣਗੀਆਂ। ਇਕੱਲੀ ਇਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰ ਰਹੇ ਹਾਂ ਜੀ, ਤੁਹਾਨੂੰ ਮਾਲਕਾਂ ਦਾ ਨੰਬਰ ਵੀ ਨਾਲ ਦੀ ਨਾਲ ਤੁਹਾਨੂੰ ਮੈਂ ਦੇ ਰਿਹਾ ਗਾ। ਅਤੇ ਕੋਈ ਵੀ ਜਾਣਕਾਰੀ ਲੈਣੀ ਹੈ, ਕੋਈ ਵੀ ਪੁੱਛਣਾ ਕੁਛ ਵੀ, ਤਾਂ ਮਾਲਕ ਨਾਲ ਡਾਇਰੈਕਟ ਗੱਲ ਕਰੋ ਜੀ। ਅਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ, ਕਿਸੇ ਵੀ ਏਰੀਏ 'ਚ ਦੇਖ ਰਹੇ ਹੋ, ਤੁਹਾਡੇ ਕੋਲ ਵੀ ਕੋਈ ਮਸ਼ੀਨਰੀ ਆ, ਕੋਠੀ ਆ, ਘਰ ਮਕਾਨ ਆ, ਕੋਈ ਗੱਡੀ ਆ, ਮੋਟਰਸਾਈਕਲ ਹੈ, ਕੋਈ ਬੁਲਟ ਹੈ, ਤਾਂ ਤੁਸੀਂ ਵੇਚਣਾ ਚਾਹੁੰਦੇ ਹੋ, ਚਾਹੇ ਕਿਸੇ ਵੀ ਏਰੀਏ 'ਚ ਹੈ, ਚਾਹੇ ਪੰਜਾਬ, ਹਰਿਆਣਾ, ਰਾਜਸਥਾਨ, ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਤੁਸੀਂ ਕੀ ਕਰਨਾ ਜੀ, ਆਪਣੇ ਕੋਲ ਇੱਕ ਤਾਂ ਵਧੀਆ ਵੀਡੀਓ ਫੋਨ ਨੂੰ ਟੇਢਾ ਕਰਕੇ ਅਤੇ 10-12 ਫੋਟੋਆਂ ਅਤੇ ਪੂਰੀ ਦੀ ਪੂਰੀ ਜਾਣਕਾਰੀ ਆਹ ਕੁਛ ਆਪਣੇ ਕੋਲ ਭੇਜ ਦਿਓ। ਅਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ, ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਕੁਛ ਨਹੀਂ ਹੁੰਦਾ ਜੀ। ਅਤੇ ਕਿਸੇ ਨੇ ਕੋਈ ਮਸ਼ੀਨਰੀ ਖਰੀਦਣੀ ਹੈ ਤਾਂ ਮਾਲਕਾਂ ਦਾ ਨੰਬਰ ਆਪਾਂ ਨਾਲ ਦੀ ਨਾਲ ਦੇ ਰਹੇ ਹਾਂ, ਤੁਸੀਂ ਗੱਲ ਮਾਲਕ ਨਾਲ ਆਪੇ ਕਰ ਲਿਓ ਜੀ, ਅਤੇ ਰੇਟ ਵੀ ਮਾਲਕ ਹੀ ਮੁਕਾਉਣਗੇ। ਅਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ, ਪਸੰਦ ਆ ਰਹੀ ਹੈ ਜੀ, ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ, ਉਹਨੂੰ ਜ਼ਰੂਰ ਦੱਬ ਦਿਓ। ਅਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ, ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ, ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ। ਆਪਣੇ ਕੋਲ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਆਈਆਂ ਪਈਆਂ ਜੀ, ਨਵੀਆਂ ਨਵੀਆਂ ਕੋਠੀਆਂ ਆਪਣੇ ਕੋਲ ਆਈਆਂ ਪਈਆਂ, ਅਤੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਕਿਸੇ ਵੀ ਏਰੀਏ 'ਚ ਦੇਖ ਰਹੇ ਹੋ, ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ ਹਰ ਤਰ੍ਹਾਂ ਦੀ ਵੀਡੀਓ ਹਰ ਰੋਜ਼, ਤਾਂ ਤੁਸੀਂ ਆਪਣੇ ਕੋਲ ਭੇਜੋ ਜੀ, ਠੀਕ ਹੈ ਜੀ। ਅਤੇ ਚੈਨਲ ਨਾਲ ਜ਼ਰੂਰ ਜੁੜ ਜਾਓ। ਬਾਕੀ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ। ਮਸ਼ੀਨਰੀਆਂ ਜਿਹੜੀਆਂ ਆਪਾਂ ਹੁਣ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ, ਪਹਿਲੀ ਗੱਡੀ ਹੁਣ ਰੇਟਸ ਦੇਖੋ ਜੀ। 2012 ਮਾਡਲ ਗੱਡੀ ਹੈ, 2,25,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਬਠਿੰਡਾ ਮਾਲਕ ਦਾ ਏਰੀਆ, 2,25 ਰੇਟ ਇੱਕ ਵਾਰੀ ਲਾਇਆ ਇਹਨਾਂ ਨੇ, ਬਾਕੀ ਮਾਲਕ ਕਹਿੰਦੇ ਆ ਵੀ ਮੌਕੇ 'ਤੇ ਕਰ ਲਵਾਂਗੇ। ਬਠਿੰਡੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ, ਜਾ ਕੇ ਦੇਖ ਸਕਦੇ ਹੋ, ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ। ਬਾਕੀ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 70-800-73-1300-77 ਆਹ ਮਾਲਕ ਦਾ ਨੰਬਰ ਹੈ, ਮਾਲਕ ਨਾਲ ਤੁਸੀਂ ਆਪ ਵੀ ਗੱਲ ਕਰਕੇ ਦੇਖ ਲਿਓ ਅਤੇ ਉੱਪਰ ਨੀਚੇ ਰੇਟ ਹੋ ਜਾਊਗਾ। ਹੁਣ ਆਪਾਂ ਗੱਲ ਕਰਾਂਗੇ ਇੱਕ ਮੋਟਰਸਾਈਕਲ ਦੀ। ਮੋਟਰਸਾਈਕਲ ਆਪਣੇ ਕੋਲ ਪਹੁੰਚਿਆ ਸਿਟੀ 100 ਅਤੇ ਕਾਫੀ ਕਮੈਂਟ ਤੁਸੀਂ ਪਾਏ ਸੀਗੇ ਅਤੇ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਹਾਂ। 2021 ਮਾਡਲ ਹੈ ਜੀ, 45,000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਹੈ। ਜਿਹੜੇ ਮਾਲਕ ਨੇ ਮੋਟਰਸਾਈਕਲ ਦੇ ਉਹਨਾਂ ਨੇ ਆਖਿਆ ਵੀ ਘਾਟਾ ਵਾਧਾ ਮੌਕੇ 'ਤੇ ਹੋਜੂਗਾ। ਬਾਕੀ ਮੋਟਰਸਾਈਕਲ ਤੁਸੀਂ ਦੇਖੋ ਜੀ, ਜੰਡੀਆਲਾ ਗੁਰੂ ਮਾਲਕ ਦਾ ਏਰੀਆ, 45,000 ਰੁਪਇਆ ਮੰਗਿਆ, ਘਾਟਾ ਵਾਧਾ ਹੋਜੂਗਾ, ਇੰਜਣ ਉਂਜਣ ਪੂਰਾ ਵਧੀਆ ਜੀ, ਅਤੇ ਨਾ ਤਾਂ ਕੋਈ ਟੁੱਟਿਆ ਭੱਜਿਆ ਕਿਸੇ ਪਾਸੋਂ, ਨਾ ਕੋਈ ਡਿੱਗਿਆ ਹੋਇਆ, ਨਾ ਕੋਈ ਐਕਸੀਡੈਂਟਡ ਹੈ। ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ, ਅਤੇ ਮੋਟਰਸਾਈਕਲ ਚੱਲਿਆ ਵੀ ਬਹੁਤ ਘੱਟ ਹੋਇਆ, ਅਤੇ ਕਾਗਜ਼ ਪੱਤਰ ਸਾਰੇ ਆਪਾਂ ਨੂੰ ਮਿਲ ਜਾਣਗੇ। ਬਾਕੀ ਫੋਟੋਆਂ 'ਚ ਸਾਰਾ ਕੁਛ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆ, ਤੁਸੀਂ ਦੇਖ ਰਹੇ ਹੋ। ਅਤੇ ਕਿਸੇ ਨੇ ਦੇਖਣਾ ਜੰਡੀਆਲਾ ਗੁਰੂ ਜਾ ਕੇ ਦੇਖ ਸਕਦੇ ਹੋ। ਮਾਲਕ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ ਸੀ, 95011-53-494। ਅਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮਾਰੂਤੀ 800 ਗੱਡੀ ਲੈ ਕੇ ਪਹੁੰਚੀ ਹਾਂ। ਗੱਡੀ ਇਹਨਾਂ ਨੇ ਵੇਚਣੀ ਹੈ ਜੀ ਥੋੜ੍ਹੀ ਛੇਤੀ, 4 ਮਾਡਲ ਹੈ, 39,000 ਰੁਪਇਆ ਮੰਗਿਆ ਮਾਲਕ ਨੇ, ਬਾਕੀ ਮਾਲਕ ਕਹਿੰਦੇ ਆ ਵੀ ਘਾਟਾ ਵਾਧਾ ਹੋਜੂਗਾ। ਰਾਮਪੁਰਾ ਫੁੱਲ ਏਰੀਆ, 40-45 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ। ਨੰਬਰ 98-500-54-096-95, ਗੱਲਬਾਤ ਆਪੇ ਕਰ ਲਿਓ ਜੀ। ਅਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ, ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।
ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ। ਤੁਹਾਡਾ ਆਪਦਾ ਆਪਣਾ ਚੈਨਲ, ਤੁਸੀਂ ਦੇਖ ਲਓ ਕਿਸੇ ਨੇ ਐਡ ਕਰਵਾਉਣੀ ਹੈ, ਆਪਣੇ ਕੋਲ ਭੇਜੋ ਆਪਣੇ ਵਟਸਐਪ ਨੰਬਰ 'ਤੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ 'ਚ।